ਕੁਝ ਕੁ ਟਾਈਮ ਪਹਿਲਾਂ ਇੱਕ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਸੀ ਮਯੰਕ ਸ਼ਰਮਾ ਦੀ, ਜਿਹਦੇ ਵਿੱਚ ਮਯੰਕ ਸ਼ਰਮਾ ਆਪਣੇ ਕੁਝ ਕੁ ਦੋਸਤਾਂ ਨਾਲ ਰਲ ਕੇ ਹਿਮਾਨੀ ਦੇ ਘਰ ਦੇ ਅੰਦਰ ਸ਼ਰਾਬ ਦੀਆਂ ਬੋਤਲਾਂ ਛੱਟ ਕੇ ਆਉਂਦਾ ਗਾ, ਜੋ ਇੱਕ CCTV ਵਾਇਰਲ ਹੋਈ ਸੀ ਮਯੰਕ ਸ਼ਰਮਾ ਦੀ, ਜਿਹਦੇ ਚੱਲਦਿਆਂ ਹੁਣੇ ਹੁਣੇ ਮਯੰਕ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਕੁਝ ਕੁ ਸਟੋਰੀਆਂ ਸਾਂਝੀਆਂ ਕੀਤੀਆਂ ਨੇ, ਜਿਸ ਦੇ ਵਿੱਚ ਮਯੰਕ ਸ਼ਰਮਾ ਨੇ ਦੱਸਿਆ ਕਿ ਇਹ ਮੈਂ ਕਿਉਂ ਬੋਤਲਾਂ ਸੁੱਟ ਕੇ ਆਇਆ ਗਾ। ਜੋ ਸਕਰੀਨਸ਼ਾਟ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਸਕਦੇ, ਜਿਸ ਦੇ ਵਿੱਚ ਮਯੰਕ ਸ਼ਰਮਾ ਨੇ ਲਿਖਿਆ ਕਿ ਦੇਖੋ ਜੀ, ਕਿਸੇ ਡੈਸ ਨੇ ਸਾਡੀ ਮਾਂ ਬਾਰੇ ਮਾੜਾ ਬੋਲਿਆ ਸੀ ਤਾਂ ਆਪਾਂ ਨੇ ਇਹ ਕਦਮ ਚੁੱਕਿਆ ਗਾ। ਜੇਕਰ ਤੁਹਾਡੀ ਮਾਂ ਬਾਰੇ ਕੁਝ ਕੋਈ ਬੋਲੂਗਾ ਤਾਂ ਤੁਸੀਂ ਕੀ ਕਰੋਗੇ? ਅਤੇ ਆਹ ਵਾਲੀ ਗੱਲ ਸਾਰੀ ਕਲੀਅਰ ਹੋ ਗਈ ਸੀ, ਰਾਜ਼ੀਨਾਮਾ ਵੀ ਹੋ ਗਿਆ ਸੀ, ਬਾਕੀ ਮਯੰਕ ਨੂੰ ਫਸਾਉਣ ਲਈ ਪੂਰਾ ਪੂਰਾ ਜ਼ੋਰ ਲਾਇਆ ਜਾ ਰਿਹਾ, ਬਿਕੌਜ਼ ਮਯੰਕ ਦੀ ਖੁਸ਼ੀ ਬਰਦਾਸ਼ਤ ਨਹੀਂ ਹੁੰਦੀ ਇਹਨਾਂ ਲੋਕਾਂ ਤੋਂ। ਬਾਕੀ ਕੁੜੀ ਦੀ ਸੁਣਵਾਈ ਜ਼ਿਆਦਾ ਹੁੰਦੀ ਆ, ਤੁਸੀਂ ਆਪ ਹੀ ਸਿਆਣੇ ਹੋ, ਇਹ ਕੁੜੀਆਂ ਵੱਡੇ ਵੱਡੇ ਕੇਸਾਂ ਦੇ ਵਿੱਚ ਫਸਾ ਦਿੰਦੀਆਂ ਨੇ ਮੁੰਡਿਆਂ ਨੂੰ, ਬਾਕੀ ਸਭ ਕੁੜੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਇਹਦੇ ਨਾਲ ਇੱਕ ਹੋਰ ਸਕਰੀਨਸ਼ਾਟ ਤੁਸੀਂ ਆਪਣੀ ਸਕਰੀਨ ਉੱਪਰ ਦੇ ਸਕਦੇ, ਜਿਸ ਦੇ ਵਿੱਚ ਉਸਨੇ ਲਿਖਿਆ ਕਿ ਬਾਕੀ ਮੇਰੀ ਮਾਂ ਦੇ ਉੱਪਰ ਇੰਨਾ ਘਟੀਆ ਇਲਜ਼ਾਮ ਲਾਇਆ ਸੀਗਾ, ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ। ਅਤੇ ਜਾਂਦੇ ਜਾਂਦੇ ਲਾਸਟ 'ਤੇ ਮਯੰਕ ਸ਼ਰਮਾ ਨੇ ਇੱਕ ਬਹੁਤ ਵੱਡੀ ਗੱਲ ਕਹੀ, ਜਿਹਦੇ ਵਿੱਚ ਮਯੰਕ ਸ਼ਰਮਾ ਨੇ ਕਿਹਾ ਕਿ ਬਾਕੀ ਜੇਕਰ ਕੱਲ੍ਹ ਨੂੰ ਕਿਸੇ ਦੀ ਕੋਈ ਵੀਡੀਓ ਵਾਇਰਲ ਹੁੰਦੀ ਆ ਤਾਂ ਮੇਰਾ ਵੀਰ ਬਣ ਕੇ ਮੈਨੂੰ ਕੁਝ ਨਾ ਕੋਈ ਕਹੇ। ਹੋਰ ਵੀ ਬਹੁਤ ਲੋਕ ਨੇ ਵਾਇਰਲ ਕਰਨ ਵਾਲੇ, ਬਾਕੀ ਪਾਸਟ ਸਭ ਦਾ ਹੁੰਦਾ ਗਾ, ਆਪਾਂ ਨੇ ਐਕਸੈਪਟ ਕੀਤਾ ਸੀਗਾ। ਬਾਕੀ ਫਿਰ ਵੀ ਕਹਿਣਾ ਆ ਕਿ ਕੁੜੀਆਂ ਦੀ ਸੁਣਵਾਈ ਜ਼ਿਆਦਾ ਹੁੰਦੀ ਆ, ਮੁੰਡਿਆਂ ਨੂੰ ਪਤਾ ਹੀ ਹੈਗਾ ਇਸ ਗੱਲ ਦਾ। ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰ ਕਿ ਤੁਹਾਨੂੰ ਕੌਣ ਸਹੀ ਲੱਗਦਾ, ਕਿ ਹਿਮਾਨੀ ਸਹੀ ਹੈ ਜਾਂ ਮਯੰਕ ਸ਼ਰਮਾ। ਬਾਕੀ ਮਯੰਕ ਸ਼ਰਮਾ ਤਾਂ ਹੁਣ ਇਹ ਵੀ ਕਹਿਣਾ ਕਿ ਕੋਈ ਨਾ ਕੋਈ ਵੀਡੀਓ ਵਾਇਰਲ ਹੋ ਸਕਦੀ ਹੈ ਹਿਮਾਨੀ ਦੀ। ਬਾਕੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ, ਰੱਬ ਰੱਖਾ।